ਜਿਹੜਾ ਕਲਾ ਦੇ ਰਾਹੀਂ ਕੋਈ ਗੱਲ ਆਖੀ ਜਾਂਦੀ ਹੈ ਉਹ ਵਾਕਈ ਟੁੰਬਦੀ ਹੈ, ਚਾਹੇ ਕਵਿਤਾ ਦੇ ਰਾਹੀਂ ਕਹੀ ਜਾਂਦੀ ਹੋਵੇ, ਚਾਹੇ ਉਹ ਚਿੱਤਰਕਾਰੀ ਰਾਹੀਂ ਕਹੀ ਜਾਂਦੀ ਹੈ। ਲੱਗਦਾ ਅੱਜ ਵੀ ਇੰਨੇ ਗੀਤ ਆਏ ਨੇ, ਇੰਨੀਆਂ ਕਵਿਤਾਵਾਂ ਲਿਖੀਆਂ ਗਈਆਂ ਨੇ ਕਿਸਾਨੀ ਮੋਰਚੇ ਦੇ ਹੱਕ ਦੇ ਵਿੱਚ, ਲੱਗਦਾ ਸਰਕਾਰ ਨੂੰ ਟੁੰਬੀਆਂ ਹੋਣਗੀਆਂ। ਬਈ ਬਿਲਕੁਲ, ਇਹ ਤਾਂ ਪੁਰਾਣੇ ਸਮੇਂ ਤੋਂ ਲੈ ਲਓ ਵੀ ਜਦੋਂ ਸੰਤ ਰਾਮ ਉਦਾਸੀ ਹੋ ਰਹੀ ਸਾਡੇ, ਜਦੋਂ ਪੁਰਾਣੇ ਰਾਈਟਰ ਹੋਏ ਨੇ ਉਹਨਾਂ ਨੇ ਕਿਸਾਨੀ ਲਈ ਲਿਖਿਆ, ਉਦੋਂ ਕਵਿਤਾਵਾਂ ਗਾਈਆਂ ਜਾਂਦੀਆਂ ਸੀਗੀਆਂ। ਅਤੇ ਇਹ ਇੱਕ ਬਹੁਤ ਨੇੜਲਾ ਰਿਸ਼ਤਾ ਆ, ਜਦੋਂ ਕੋਈ ਚੀਜ਼ ਗਾ ਕੇ ਮਤਲਬ ਸੁਰ ਦੇ ਵਿੱਚ ਜਿਹੜੀ ਕੰਨਾਂ ਨੂੰ ਸੁਣਨ ਨੂੰ ਮਿੱਠੀ ਲੱਗਦੀ, ਉਹ ਜਲਦੀ ਸਮਝ ਆਉਂਦੀ ਹੈ। ਦੇਸ਼ ਦੇ ਕਿਸਾਨ ਕਹਿ ਰਹੇ ਆ ਕਿ ਬਿੱਲ ਸਾਡੇ ਹਿੱਤ 'ਚ ਨਹੀਂ ਆ, ਸਰਕਾਰ ਕਹਿ ਰਹੀ ਆ ਹਿੱਤ 'ਚ ਆ, ਕੀ ਲੱਗਦਾ ਜੀ? ਹਿੱਤ ਦੇ ਵਿੱਚ ਤਾਂ ਹੈ ਨਹੀਂ, ਤਾਂ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਆ। ਹੁਣ ਜਿਹੜੇ ਮਤਲਬ ਜਿਹੜੇ ਇਹ ਪਲੈਨਸ ਜਿਹੜੀ ਸਾਡੀ ਕੰਟਰੀ 'ਚ ਇਹ ਕਰਨਾ ਚਾਹੁੰਦੇ ਨੇ, ਇਹ ਅਮੈਰੀਕਾ ਵਰਗੀਆਂ ਕੰਟਰੀਆਂ 'ਚ ਫੇਲ ਹੋ ਚੁੱਕੇ ਨੇ। ਇਹਦੇ ਆ ਵੀ ਨਸ਼ਾ ਪੰਜਾਬ 'ਚ ਆਵਾਂ, ਨਸ਼ੇ ਨੇ ਖਾ ਲਏ ਪੰਜਾਬ ਦੇ ਮੁੰਡੇ, ਉੜਤਾ ਪੰਜਾਬ ਕਿਹਾ ਜਾਂਦਾ ਸੀ। ਨਸ਼ੇ ਨੇ ਖਾ ਲਏ ਜਾਂ ਮਤਲਬ ਸ਼ੋਰਟ ਟੈਂਪਰਡ ਨੇ, ਹੈ ਨਾ, ਵੀ ਛੇਤੀ ਲੜ ਪੈਂਦੇ ਨੇ, ਆ ਕੇ ਦੇਖਣ ਤਾਂ ਸਹੀ ਦਿੱਲੀ ਕਿਵੇਂ ਮੈਨੇਜ ਕਰ ਰਹੇ ਨੇ, ਵੀ ਜੇ ਕੋਈ ਗੱਡੀਆਂ ਰੋਕ ਕੇ ਟ੍ਰੈਫਿਕ ਵੀ ਮੈਨੇਜ ਕਰ ਰਹੇ ਨੇ ਧਰਨੇ ਦੇ ਉੱਪਰ। ਔਰ ਮਤਲਬ ਅੱਜ ਤੱਕ ਪੰਜਾਬ ਨੂੰ ਇਹੀ ਦਿਖਾਇਆ ਗਿਆ ਵੀ ਸਾਡਾ ਖੂਨ ਗਰਮ ਆ ਜੀ, ਅਸੀਂ ਬਿਨਾਂ ਗੁੱਲ ਗਲ ਨੂੰ ਪੈ ਜਾਂਦੇ ਹਾਂ ਜੀ, ਇਹ ਕਰਦੇ ਨੇ ਉਹ, ਆਹ ਪੱਖ ਤਾਂ ਕਿਸੇ ਨੇ ਦਿਖਾਇਆ ਨਹੀਂ ਵੀ ਮੁੰਡੇ ਮੈਨੇਜ ਕਿੰਨਾ ਸੋਹਣਾ ਕਰ ਰਹੇ। ਜਦੋਂ ਕਲਾਕਾਰ ਵੀ ਆਪਣਾ ਤਾਮ ਜਾਮ ਛੱਡ ਕੇ ਇੰਨੇ ਬਾਉਂਸਰ ਹੁੰਦੇ ਆ ਨਾਲ, ਉਹ ਸਾਰਾ ਛੱਡ ਕੇ ਇੱਥੇ ਕਿਸਾਨੀ ਮੋਰਚੇ 'ਚ ਆਉਂਦੇ ਨੇ, ਆਮ ਲੋਕਾਂ 'ਚ ਵਿਚਰਦੇ ਹੋ, ਕੀ ਗੱਲਬਾਤ ਹੁੰਦੀ ਆਮ ਲੋਕਾਂ ਨਾਲ, ਕਿਵੇਂ ਦੇਖਦੇ ਹੋ ਇਹਨਾਂ ਨੂੰ? ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਸਿੰਘ। ਕਿਸਾਨੀ ਮੋਰਚੇ ਨੂੰ ਚੱਲਦਿਆਂ 8 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ, ਵੱਖ ਵੱਖ ਫੀਲਡ ਦੇ ਲੋਕ ਜਿਹੜੇ ਆ ਕਿਸਾਨੀ ਮੋਰਚੇ 'ਚ ਆਪਣਾ ਯੋਗਦਾਨ ਪਾ ਰਹੇ ਆ। ਜੇ ਗੱਲ ਕਲਾਕਾਰਾਂ ਦੀ ਕਰੀਏ ਤਾਂ ਕਲਾਕਾਰ ਵੀ ਵੱਖ ਵੱਖ ਸਮਿਆਂ 'ਤੇ ਆਉਂਦੇ ਰਹੇ ਆ, ਅਤੇ ਅੱਜ ਵੀ ਕਲਾਕਾਰ ਆਏ ਨੇ ਸਾਡੇ ਨਾਲ। ਸਿੱਪੀ ਗਿੱਲ ਨੇ, ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਗਿੱਲ ਸਾਹਿਬ, ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਕਿ ਹਰ ਵਿਅਕਤੀ ਯੋਗਦਾਨ ਪਾ ਰਿਹਾ, ਅਤੇ ਜਿਹੜਾ ਕਲਾ ਦੇ ਰਾਹੀਂ ਕੋਈ ਗੱਲ ਆਖੀ ਜਾਂਦੀ ਹੈ ਉਹ ਵਾਕਈ ਟੁੰਬਦੀ ਹੈ, ਚਾਹੇ ਕਵਿਤਾ ਦੇ ਰਾਹੀਂ ਕਹੀ ਜਾਂਦੀ ਹੋਵੇ, ਚਾਹੇ ਉਹ ਚਿੱਤਰਕਾਰੀ ਰਾਹੀਂ ਕਹੀ ਜਾਂਦੀ ਹੈ। ਲੱਗਦਾ ਅੱਜ ਵੀ ਇੰਨੇ ਗੀਤ ਆਏ ਨੇ, ਇੰਨੀਆਂ ਕਵਿਤਾਵਾਂ ਲਿਖੀਆਂ ਗਈਆਂ ਨੇ ਕਿਸਾਨੀ ਮੋਰਚੇ ਦੇ ਹੱਕ ਦੇ ਵਿੱਚ, ਲੱਗਦਾ ਸਰਕਾਰ ਨੂੰ ਟੁੰਬੀਆਂ ਹੋਣਗੀਆਂ। ਬਈ ਬਿਲਕੁਲ, ਇਹ ਤਾਂ ਪੁਰਾਣੇ ਸਮੇਂ ਤੋਂ ਲੈ ਲਓ ਵੀ ਜਦੋਂ ਸੰਤ ਰਾਮ ਉਦਾਸੀ ਹੋ ਰਹੀ ਸਾਡੇ, ਜਦੋਂ ਪੁਰਾਣੇ ਰਾਈਟਰ ਹੋਏ ਨੇ ਉਹਨਾਂ ਨੇ ਕਿਸਾਨੀ ਲਈ ਲਿਖਿਆ, ਉਦੋਂ ਕਵਿਤਾਵਾਂ ਗਾਈਆਂ ਜਾਂਦੀਆਂ ਸੀਗੀਆਂ। ਅਤੇ ਇਹ ਇੱਕ ਬਹੁਤ ਨੇੜਲਾ ਰਿਸ਼ਤਾ ਆ, ਜਦੋਂ ਕੋਈ ਚੀਜ਼ ਗਾ ਕੇ ਮਤਲਬ ਸੁਰ ਦੇ ਵਿੱਚ ਜਿਹੜੀ ਕੰਨਾਂ ਨੂੰ ਸੁਣਨ ਨੂੰ ਮਿੱਠੀ ਲੱਗਦੀ, ਉਹ ਜਲਦੀ ਸਮਝ ਆਉਂਦੀ ਹੈ। ਅਤੇ ਸਾਡੇ ਕਲਾਕਾਰ ਭਰਾਵਾਂ ਨੇ ਵੀ, ਵੈਸੇ ਤਾਂ ਯਾਰ ਮੈਨੂੰ ਲੱਗਦਾ ਵੀ ਕਲਾਕਾਰ ਵਾਲੀ ਕੋਈ ਗੱਲ ਨਹੀਂ, ਕਿਸਾਨ ਆ, ਇਹ ਜਦੋਂ ਵਾਰ ਵਾਰ ਕਲਾਕਾਰ ਵਰਡ ਸੁਣਨ ਨੂੰ ਮਿਲਦਾ, ਉਹ ਆਪਦੇ ਆਪ ਨੂੰ ਵੀ ਕਿਤੇ ਨਾ ਕਿਤੇ ਚੰਗਾ ਨਹੀਂ ਲੱਗਦਾ, ਕਿਉਂਕਿ ਕਲਾਕਾਰ ਆਪਾਂ ਹੈ ਹੀ ਨਹੀਂ, ਕਲਾਕਾਰ ਹੀ ਤਾਂ ਮਤਲਬ ਹੋਰ ਲੋਕ ਹੁੰਦੇ ਨੇ। ਅਤੇ ਇਹ ਤਾਂ ਚਲੋ ਸਾਡੇ ਭਰਾਵਾਂ ਦਾ ਪਿਆਰ ਆ ਵੀ ਉਹਨਾਂ ਨੇ ਸਾਨੂੰ ਅਕਸੈਪਟ ਕੀਤਾ ਹੋਇਆ, ਅਤੇ ਆਪਾਂ ਕਿਸਾਨ ਆ, ਕਿਸਾਨ ਦੇ ਨਾਤੇ ਸਾਡੇ ਫਰਜ਼ ਬਣਦੇ ਨੇ ਜਿਹੜੇ ਆਪਾਂ ਅਦਾ ਕਰਨ ਵਾਸਤੇ ਇੱਥੇ ਆਏ ਹੋਏ ਹਾਂ। ਅਤੇ ਜਿੱਥੋਂ ਤੱਕ ਰਹੀ ਮਿਊਜ਼ਿਕ ਦੀ ਗੱਲ, ਮੈਂ ਵੀ 2 ਗਾਣੇ ਕੀਤੇ ਨੇ ਸੰਘਰਸ਼ ਦੇ ਉੱਪਰ, ਅਤੇ ਬਾਕੀ ਹੋਰ ਸਾਰੇ ਭਰਾਵਾਂ ਨੇ ਵੀ ਕੀਤੇ ਨੇ, ਉਹ ਬਹੁਤ ਵਧੀਆ ਗੱਲ ਆ, ਤਾਂ ਉਹ ਅੱਗੇ ਵੀ ਆਉਂਦੇ ਰਹਿਣਗੇ ਜਿੰਨਾ ਚਿਰ ਇਹ ਸੰਘਰਸ਼ ਜਾਰੀ ਰਹੂਗਾ। ਅਤੇ ਜਿਸ ਦਿਨ ਇਹ ਸੰਘਰਸ਼ ਜਿੱਤ ਲਾਂਗੇ, ਫਿਰ ਜਿੱਤ ਦੇ ਉੱਪਰ ਵੀ ਕੋਈ ਨਾ ਕੋਈ ਸੌਂਗ ਜ਼ਰੂਰ ਆਊਗਾ ਜੀ। ਕੀ ਲੱਗਦਾ ਸਿੱਪੀ, ਜਿਸ ਤਰੀਕੇ ਦੇ ਨਾਲ ਸਰਕਾਰ ਕਹਿ ਰਹੀ ਆ ਕਿ ਅਮਿਟਮੈਂਟਸ ਕਰਾ ਲਓ, ਸੋਧਾਂ ਕਰਾ ਲਓ, ਸਰਕਾਰ ਲਗਾਤਾਰ ਕਹਿ ਰਹੀ ਆ ਕਿ ਸੋਧਾਂ ਹੋਣਗੀਆਂ, ਰੱਦ ਨਹੀਂ ਹੋਣਗੇ ਬਿੱਲ, ਦੂਜੇ ਪਾਸੇ ਸਾਡੇ ਕਿਸਾਨ ਕਹਿ ਰਹੇ ਆ, ਦੇਸ਼ ਦੇ ਕਿਸਾਨ ਕਹਿ ਰਹੇ ਆ ਕਿ ਬਿੱਲ ਸਾਡੇ ਹਿੱਤ 'ਚ ਨਹੀਂ ਆ, ਸਰਕਾਰ ਕਹਿ ਰਹੀ ਆ ਹਿੱਤ 'ਚ ਆ, ਕੀ ਲੱਗਦਾ ਜੀ? ਹਿੱਤ ਦੇ ਵਿੱਚ ਤਾਂ ਹੈ ਨਹੀਂ, ਤਾਂ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਆ, ਕਿਉਂਕਿ ਜਿਵੇਂ ਹੁਣ ਅੱਜ ਦਵਿੰਦਰ ਜੀ ਆਏ ਸੀਗੇ, ਕਿੰਨੀਆਂ ਚੀਜ਼ਾਂ ਨੌਲੇਜ ਵਾਲੀਆਂ ਦੱਸ ਕੇ ਗਏ ਨੇ ਉਹ, ਜਿਹੜੀਆਂ ਸ਼ਾਇਦ ਮੇਰੀ ਵੀ ਨੌਲੇਜ ਵਿੱਚ ਹੈ ਨਹੀਂ ਸੀ। ਮੈਂ ਅਮਤੋਜ ਬਾਈ ਦਾ ਬੜਾ ਵਧੀਆ ਉਪਰਾਲਾ, ਉਹਨਾਂ ਨੇ ਦਵਿੰਦਰ ਜੀ ਨੂੰ ਸਪੈਸ਼ਲ ਇਨਵਾਈਟ ਕੀਤਾ ਨਾ। ਹੁਣ ਜਿਹੜੇ ਮਤਲਬ ਜਿਹੜੇ ਇਹ ਪਲੈਨਸ ਜਿਹੜੀ ਸਾਡੀ ਕੰਟਰੀ 'ਚ ਇਹ ਕਰਨਾ ਚਾਹੁੰਦੇ ਨੇ, ਇਹ ਅਮੈਰੀਕਾ ਵਰਗੀਆਂ ਕੰਟਰੀਆਂ 'ਚ ਫੇਲ ਹੋ ਚੁੱਕੇ ਨੇ। ਅਤੇ ਜੇ ਅਮੈਰੀਕਾ ਦੇ ਵਿੱਚ ਜਿਹੜੀਆਂ ਚੀਜ਼ਾਂ ਫੇਲ ਹੋ ਚੁੱਕੀਆਂ ਨੇ, ਉਹ ਵਰਲਡ ਦੀ ਪਾਵਰ ਆ, ਸੁਪਰੀਮ ਪਾਵਰ ਆ, ਅਤੇ ਇਹ ਮਤਲਬ ਉਹਨੂੰ ਕਿਵੇਂ ਕਾਮਯਾਬ ਕਰ ਲੈਣਗੇ, ਹੈ ਨਾ ਜੀ? ਅਤੇ ਬਾਕੀ ਇਹ ਤਾਂ ਮਤਲਬ ਅੰਡਰਸਟੂਡ ਚੀਜ਼ਾਂ ਨੇ ਵੀ, ਅੱਜ ਸਾਨੂੰ ਸਾਡੀਆਂ ਮੰਡੀਆਂ ਨੂੰ ਖਤਮ ਕਰ ਲਈਏ, ਅੱਜ ਸਾਨੂੰ ਕਹਿਣਗੇ ਵੀ ਜਿਹੜੀ ਚੀਜ਼ 2000 ਦੀ ਤੁਹਾਨੂੰ ਅਸੀਂ 2500 ਦਿੰਦੇ ਹਾਂ, ਤਾਂ ਨੈਚੁਰਲ ਆ ਕਿ ਮੰਡੀਆਂ ਖਤਮ ਹੋ ਜਾਣੀਆਂ ਬਾਅਦ 'ਚ, ਜਦੋਂ ਇੱਕ ਵਾਰੀ ਇਹਨਾਂ ਦੀ ਮੋਨੋਪੋਲੀ ਇਕੱਲੇ ਉਹਦੇ 'ਚ ਰਹਿ ਗਏ, ਫਿਰ 2500 ਦੇ ਬਾਅਦ 1200 'ਤੇ ਆ ਜਾਣਗੇ, ਸਾਨੂੰ ਤਾਂ ਦੇਣੀ ਪਊ ਨਾ, ਕਿਉਂਕਿ ਸਾਡਾ ਹੋਰ ਖਰੀਦਦਾਰ ਹੈ ਨਹੀਂ। ਇਹ ਤਾਂ ਸਿੱਧੀ ਸਿੱਧੀ ਜਿਹੀ ਗੱਲ ਆ, ਫਿਰ ਇਹ ਬਿੱਲ ਹਿੱਤ ਵਿੱਚ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨੇ 2006 ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਨੇ ਬਿਹਾਰ ਦੇ ਵਿੱਚ ਲਾਗੂ ਕੀਤਾ ਸੀ, ਉਦੋਂ ਇਹ ਬਿਆਨ ਦਿੰਦੇ ਸੀ ਵੀ ਹੁਣ ਜਿਹੜਾ ਬਿਹਾਰ ਆ ਮੋਸਟ ਡਿਵੈਲਪਿੰਗ ਸਟੇਟ ਹੋਊਗੀ, ਅਤੇ ਮਤਲਬ ਉਹਦਾ ਮੁਕਾਬਲਾ ਨਹੀਂ ਹੋਣਾ ਕਿਸੇ ਤੋਂ। ਅਤੇ ਅੱਜ 15 ਸਾਲ ਹੋ ਗਏ, ਬਿਹਾਰ ਵਾਲੇ ਅੱਜ ਵੀ ਜਿਹੜੇ ਮਜ਼ਦੂਰ ਆ ਕੰਮ ਕਰਨ ਲਈ ਪੰਜਾਬ 'ਚ ਆਉਂਦੇ ਨੇ, ਅਤੇ ਫਿਰ ਕਿਸ ਬਿਹਾਵ 'ਤੇ ਕਹਿ ਰਹੇ ਨੇ ਕਿ ਇਹ ਬਿਹੜੇ ਬਿੱਲ ਹੈ ਬਹੁਤ ਜ਼ਿਆਦਾ ਵਧੀਆ ਨੇ, ਫਿਰ ਤਾਂ ਮਤਲਬ ਖੁਦ ਸਰਕਾਰ ਉੱਥੇ ਝੂਠੀ ਸਾਬਤ ਹੋ ਚੁੱਕੀ ਹੈ। ਕਿਹਾ ਕਿ ਕਲਾਕਾਰ ਸਾਨੂੰ ਨਾ ਕਹੋ, ਸਾਨੂੰ ਕਿਸਾਨ ਕਹੋ, ਪਹਿਲਾਂ ਅਸੀਂ ਕਿਸਾਨ ਹਾਂ।
ਜਦੋਂ ਕਲਾਕਾਰ ਵੀ ਆਪਣਾ ਤਾਮ ਜਾਮ ਛੱਡ ਕੇ ਇੰਨੇ ਬਾਉਂਸਰ ਹੁੰਦੇ ਆ ਨਾਲ ਉਹ ਸਾਰਾ ਛੱਡ ਕੇ ਇੱਥੇ ਕਿਸਾਨੀ ਮੋਰਚੇ 'ਚ ਆਉਂਦੇ ਨੇ, ਆਮ ਲੋਕਾਂ 'ਚ ਵਿਚਰਦੇ ਹੋ, ਕੀ ਗੱਲਬਾਤ ਹੁੰਦੀ ਆਮ ਲੋਕਾਂ ਨਾਲ, ਕਿਵੇਂ ਦੇਖਦੇ ਹੋ ਇਹਨਾਂ ਨੂੰ? ਬਈ ਆਪਾਂ ਹੈ ਤਾਂ ਇਹ ਭਰਾਵਾਂ ਵਰਗੇ ਹੀ ਆ ਨਾ, ਜਿਹੜੇ ਉਹ ਬਾਉਂਸਰ ਜਾਂ ਸਿਕਿਉਰਿਟੀ ਸੁਗੀ ਜਾਂ ਮਤਲਬ ਉਹ ਕਲਚਰ 'ਚੋਂ ਨਿਕਲ ਕੇ ਜਦੋਂ ਇੱਥੇ ਮੋਰਚੇ 'ਚ ਆਉਂਦੇ ਹੋ, ਕੀ ਮਹਿਸੂਸ ਹੁੰਦਾ, ਦਿਲ ਕੀ ਕਹਿੰਦਾ ਫਿਰ? ਦਿਲ ਬਈ ਇਹ ਆਪਦੇ ਨੇ ਸਾਰੇ, ਜਿਵੇਂ ਹੁਣ ਮੈਂ ਅੱਜ ਦੇਖਿਆ ਜਿੰਨੇ ਵਲੰਟੀਅਰ ਮੁੰਡੇ ਨੇ ਸਾਰੇ, ਹੈ ਨਾ ਯਾਰ, ਕਿੱਡੀ ਵੱਡੀ ਸੈਕਰੀਫਾਈਸ ਕਰ ਰਹੇ ਨੇ ਬੰਦੇ, ਵੀ ਆਪਦੇ ਘਰ ਛੱਡ ਕੇ ਆਪਦੇ ਪਰਸਨਲ ਕੰਮ ਛੱਡ ਕੇ ਲਗਾਤਾਰ ਡਿਊਟੀ ਨਿਭਾ ਰਹੇ ਨੇ, ਔਰ ਇਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ। ਜਦੋਂ ਮੈਂ ਆਇਆ ਸਾਡੇ ਸਾਰੇ ਵੀਰ ਖੜੇ ਸੀਗੇ ਨਾ, ਇੰਸਟਰਕਸ਼ਨ ਇਹ ਦਿੱਤੀਆਂ ਗਈਆਂ ਸੀਗੀਆਂ, ਮੈਂ ਦੇਖ ਰਿਹਾ ਸੀ ਯਾਰ ਵੀ ਜੇ ਤੁਹਾਨੂੰ ਕੋਈ ਰੋਕਦਾ ਆ ਜਾਂ ਤੁਹਾਨੂੰ ਕੋਈ ਗਲਤ ਬੋਲਦਾ ਹੈ ਤਾਂ ਮੁੰਡਿਓ ਕਿਸੇ ਨਾਲ ਲੜਨਾ ਨਹੀਂ, ਉਹਨਾਂ ਨੂੰ ਹੱਥ ਬੰਨ੍ਹ ਕੇ ਕਹਿਣਾ ਤੁਸੀਂ ਜਾਓ। ਮਤਲਬ ਅੱਜ ਤੱਕ ਪੰਜਾਬ ਨੂੰ ਇਹੀ ਦਿਖਾਇਆ ਗਿਆ ਵੀ ਸਾਡਾ ਖੂਨ ਗਰਮ ਆ ਜੀ, ਅਸੀਂ ਬਿਨਾਂ ਗੁੱਲ ਗਲ ਨੂੰ ਪੈ ਜਾਂਦੇ ਹਾਂ ਜੀ, ਇਹ ਕਰਦੇ ਨੇ ਉਹ, ਆਹ ਪੱਖ ਤਾਂ ਕਿਸੇ ਨੇ ਦਿਖਾਇਆ ਨਹੀਂ ਵੀ ਮੁੰਡੇ ਮੈਨੇਜ ਕਿੰਨਾ ਸੋਹਣਾ ਕਰ ਰਹੇ ਸੀ। ਕਹਿੰਦੇ ਆ ਵੀ ਨਸ਼ਾ ਪੰਜਾਬ 'ਚ ਆਮ ਆ, ਨਸ਼ੇ ਨੇ ਖਾ ਲਏ ਪੰਜਾਬ ਦੇ ਮੁੰਡੇ, ਉੜਤਾ ਪੰਜਾਬ ਕਿਹਾ ਜਾਂਦਾ ਸੀ, ਨਸ਼ੇ ਨੇ ਖਾ ਲਏ ਜਾਂ ਮਤਲਬ ਸ਼ਾਰਟ ਟੈਂਪਰਡ ਨੇ, ਹੈ ਨਾ ਵੀ ਛੇਤੀ ਲੜ ਪੈਂਦੇ ਨੇ, ਆ ਕੇ ਦੇਖਣ ਤਾਂ ਸਹੀ ਦਿੱਲੀ ਕਿਵੇਂ ਮੈਨੇਜ ਕਰ ਰਹੇ ਨੇ, ਵੀ ਜੇ ਕੋਈ ਗੱਡੀਆਂ ਰੋਕ ਕੇ ਟ੍ਰੈਫਿਕ ਵੀ ਮੈਨੇਜ ਕਰ ਰਹੇ ਨੇ ਧਰਨੇ ਦੇ ਉੱਪਰ, ਔਰ ਮਤਲਬ ਟਰੈਕਟਰ ਮਾਰਚ ਸੀ ਅੱਜ, ਉਹਨਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਸ਼ਾਂਤੀ ਨਾਲ ਬਿਲਕੁਲ ਸਿਰੇ ਚੜ੍ਹਾਇਆ ਉਹਨਾਂ ਨੇ, ਹੈ ਨਾ, ਰੋਡ ਵੀ ਖਾਲੀ ਕਰਵਾਉਂਦੇ ਸੀਗੇ ਸਾਰਾ ਕੁਛ, ਹੈ ਨਾ, ਅਤੇ ਜੇ ਕੋਈ ਮਤਲਬ ਗਲਤ ਵੀ ਬੋਲਦਾ ਸੀ ਤਾਂ ਉਹਨੂੰ ਸੁਣਿਆ ਵੀ, ਅਤੇ ਸੁਣਦੇ ਸੁਣ ਰਹੇ ਨੇ ਲਗਾਤਾਰ। ਸਿਰਫ ਇੱਕੋ ਹੀ ਮਤਲਬ ਇਹਨਾਂ ਨੂੰ ਦਿਖ ਰਿਹਾ ਕਿ ਅਸੀਂ ਇਹ ਮੋਰਚਾ ਜਿੱਤਣ ਆਏ ਹਾਂ, ਸਾਡੀ ਲੜਾਈ ਹੈ, ਸਾਡੀ ਹੋਣ ਦੀ ਲੜਾਈ ਹੈ। ਸੋ ਮੈਂ ਯਾਰ ਸੱਚੀ ਐਪਰੀਸ਼ੀਏਟ ਸਲਿਊਟ ਹੈ ਇਹਨਾਂ ਨੂੰ, ਸਾਰੇ ਜਿਹੜੇ ਮੁੰਡੇ ਭਰਾ ਨੇ ਸਾਡੇ ਇੱਥੇ, ਇਹਨਾਂ ਨੂੰ ਸਾਡੇ ਵੱਲੋਂ ਸ਼ੁਕਰੀਆ ਬਾਈ, ਥੈਂਕ ਯੂ ਸੋ ਮਚ ਬਾਈ ਜੀ, ਥੈਂਕ ਯੂ। ਸੀਗੇ ਬਾਈ ਸਿੱਪੀ ਗਿੱਲ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨੀ ਨੂੰ ਕਹਿੰਦੇ ਸੀ ਕਿ ਨਸ਼ਿਆਂ ਨੇ ਖਾਲੀ ਨੌਜਵਾਨੀ, ਨੌਜਵਾਨੀ ਪੰਜਾਬ ਦੀ ਅੱਜ ਇੱਥੇ ਆ ਕੇ ਵੇਖਣੀ ਚਾਹੀਦੀ ਹੈ, ਜਿਹੜੀ ਕਿਸ ਤਰੀਕੇ ਨਾਲ ਮੈਨੇਜ ਕਰ ਰਹੀ ਆ ਸਭ ਕੁਝ, ਨੌਜਵਾਨੀ ਜੋ ਹੈ ਸੰਘਰਸ਼ ਕਰ ਰਹੀ ਆ। ਜਿਹੜੀ ਨੌਜਵਾਨੀ ਨੂੰ ਕਿਹਾ ਜਾਂਦਾ ਸੀ ਕਿ ਨੌਜਵਾਨੀ ਨਸ਼ਿਆਂ ਨੇ ਖਾਲੀ, ਉਹ ਅੱਜ ਸੰਘਰਸ਼ ਦੇ ਰਾਹ 'ਤੇ ਨੇ ਨੌਜਵਾਨ, ਉਹਨਾਂ ਨੂੰ ਦੇਖਣ ਦੀ ਲੋੜ ਆ ਅਤੇ ਲੜਾਈ ਜੋ ਹੈ ਉਹ ਹੋਣ ਦੀ ਆ, ਅਜਿਹਾ ਇਹਨਾਂ ਦਾ ਕਹਿਣਾ ਹੈ। ਅਤੇ ਕਹਿੰਦੇ ਡਟੇ ਸੀ, ਡਟੇ ਹਾਂ, ਡਟੇ ਰਹਾਂਗੇ। ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਨਿਊ ਦਿੱਲੀ।